नशे के खिलाफ शुरू की मुहिम में स्वास्थ्य विभाग होशियारपुर भी पूरी मदद करता दिख रहा है। स्वास्थ्य विभाग की तरफ से होशियारपुर के सुतहरी रोड पर मानव क्लिनिक पर छापेमारी की गई, जिसमें उन्हें बड़ी सफलता हासिल हुई। ड्रग इंस्पेक्टर परमिंदर सिंह ने बताया कि उन्हें सूचना मिली थी कि यहां पर गैर कानूनी तरीके से अंग्रेजी दवाइयां बेची जाती। छापेमारी के दौरान स्वास्थ्य विभाग की टीम ने 39 अलग अलग प्रकार की अंग्रेजी दवाइयां मिली, जबकि दुकान मालिक के पास दवाइयां स्टॉक करने का लाइसेंस तक नहीं, जिसे सील करके जब्त कर लिया गया और आगे की कार्रवाई की जा रही। होशियारपुर से अभिषेक भाटिया। ਅਸੀਂ ਫਿਰ ਵੀ ਇੱਕ ਵਾਰੀ ਇੰਸਪੈਕਸ਼ਨ ਕੀਤੀ ਸੀ, ਬਟ ਉਦੋਂ ਸਾਨੂੰ ਕੁਛ ਨਹੀਂ ਮਿਲਿਆ ਸੀ ਉਹਦੇ ਕੋਲ ਮੈਡੀਸਨ ਵਗੈਰਾ ਨਹੀਂ, ਬਟ ਹੁਣ ਫਿਰ ਮਿਲੀ ਕੰਪਲੇਂਟ ਅਤੇ ਫਿਰ ਅਸੀਂ ਇੱਕ ਟੀਮ ਬਣਾਈ ਜਿਹਦੇ ਵਿੱਚ ਆਪਾਂ ਪੁਲਿਸ ਪਾਰਟੀ ਨੂੰ ਨਾਲ ਲਿਆ, ਅਤੇ ਉਹਨਾਂ ਦੀ ਜਦੋਂ ਅਸੀਂ ਚੈਕਿੰਗ ਕੀਤੀ ਤਾਂ ਸਾਨੂੰ ਉੱਥੋਂ ਅੰਗਰੇਜ਼ੀ ਦਵਾਈਆਂ ਮਿਲੀਆਂ, ਅਤੇ ਇਹਨਾਂ ਦੇ ਕੋਲ ਕੋਈ ਲਾਇਸੈਂਸ ਵੀ ਨਹੀਂ ਹੈਗਾ ਉਹ ਦਵਾਈਆਂ ਸਟੋਕ ਕਰਨ ਦਾ, ਅਤੇ ਨਾ ਹੀ ਇਹਨਾਂ ਨੇ ਉਹ ਮੈਡੀਸਨ ਉੱਤੇ ਜਿਹੜੇ ਜਿਹੜੇ ਬਿੱਲ ਦਿਖਾਏ ਹੈਗੇ ਉਹ, ਅਤੇ ਅਸੀਂ ਇਹਨਾਂ ਦੇ ਕੋਲੋਂ ਵੀ 39 ਟਾਈਪਸ ਦੀਆਂ ਐਲੋਪੈਥਿਕ ਦਵਾਈਆਂ ਜਿਹੜੀਆਂ ਆਪਾਂ ਸੀਜ਼ ਕੀਤੀਆਂ, ਅਤੇ ਉਹ ਸੀਲ ਕਰਕੇ ਹੁਣ ਅਸੀਂ ਕੋਰਟ 'ਚ ਪੇਸ਼ ਕਰਾਂਗੇ ਸਭ ਤੋਂ ਪਹਿਲਾਂ, ਫਿਰ ਇਹਦੇ ਅਗੇਂਸਟ ਜਿਹੜੀ ਡਰੱਗ ਐਂਡ ਕੋਸਮੈਟਿਕ ਐਕਟ ਦੀ ਕਾਰਵਾਈ ਹੋਊਗੀ। ਅਤੇ ਕਲੀਨਿੰਗ ਕਿਹੜਾ ਸੀਗਾ, ਇਹ ਹੋਮੋਪੈਥਿਕ ਹੈ ਜਾਂ ਆਯੁਰਵੈਦਿਕ? ਜਿਹੜੀਆਂ ਹੁਣ ਸਾਨੂੰ ਜਿਹੜੀਆਂ ਸਾਰੀਆਂ ਐਲੋਪੈਥਿਕ ਮਾਨਵ ਕਲੀਨਿਕ ਕਰਕੇ ਹੈ। ਠੀਕ ਹੈ ਜੀ, ਹਾਂਜੀ। ਲਾਇਸੈਂਸ ਕਰੋ ਇਹਨਾਂ ਦੇ ਕੋਲ, ਸਾਨੂੰ ਲਾਇਸੈਂਸ ਦਿਖਾਇਆ।